التماس دعا برائے حجت خدا، اللهم صل علی محمد و آل محمد، اللهم كن وليك حجت ابن الحسن صلواتك علیہ و علی آبائه فی هذه الساعات و فی كل ساعة من ساعات الليل والنهار وليا وحافظا وقائدا وناصرا ودليلا ومعينا حتى تسكنه أرزك طوعا وتمتعه فيها طويلا. يا رب محمد وآل محمد، صل على محمد وآل محمد، وعجل فرج آل محمد. مالك جميع مؤمنين ومؤمنات دھٹورا يا قبول فرما، مالك نیک حجات دعائیں قبول فرما، ذکر دا صدقہ مالک بانی عشر مال جا صدر باس بکل صاحب دے جو نیک ارادے ہیں مالک کامیابی عطا فرما، جتنے مومن بے اولاد ہیں ذکر دا صدقہ حیاتی علی نیک ماتمی اولاد عطا فرما، خصوصاً مار بشیر حسین بکل صاحب دے بیٹے فضل عباس بکل کو مالک حیاتی علی بیٹا عطا فرما، بے علی رضا نو بے نئی دی طاقت واپس کر، مالک بھائی اقبال سن بکل میں جو تکلیف ہے ذکر دا صدقہ شفا عطا فرما، حاضرین اور مہکیر دا زمین جنہ جنہ دعائیں رن مستجاب فرما، وقت شہن شاہ رجل ظہور فرما، سوک امام دی معرفت و زیارت نصیب فرما، ذکر دا صدقہ 14 دا صدقہ یہ دعائیں قبول فرما. اللہم صلی علی محمد و آل محمد و عجل فرج آل محمد، مل کے صلوات. بار دیگر بلند صلوات. نعرہ تکبیر، بلند آواز نال نعرہ تکبیر، نعرہ رسالت، نعرہ رسالت، نعرہ حیدری، ہاتھ بلند کر کے حیدری، حسینیت، حسینیت، یزیدیت، یزیدیت، آل محمد دشمنت لعنت، آل محمد دشمنت لعنت، سیداد دشمنت لعنت، بنت رسول دشمنت لعنت، امام وقت دشمنت لعنت، قائم آل محمد علیہ السلام دشمنت لعنت. اپنے اپنے حاجات دی قبولیت واسطے مل کے صلوات پڑھو. مرحومین مومنین و مومنات دے بلندی درجات واسطے مل کے صلوات. اعوذ باللہ من الشیطان الرجیم، بسم اللہ الرحمن الرحیم. صلوات الحمدللہ من اول دنیا الحمد لله الذي جعل لنا من أحباء الحسين، الحمد لله الذي جعل لنا من الباقين على مصائب الحسين. سیدہ دے تو بہو مسرو سید حسین، تین گاؤں دیئے اتلائے میں گھن کے دیاں بھیڑی
ਸਯਦਾ ਦੇ ਮੇਰੀਏ ਗੁਰਬਤ ਦੀ ਬਸ ਹੱਦ ਮੁੱਕ ਗਈ ਤੇਈ ਸੱਤਰ ਦੀ ਇਲਾਵਾ ਦੁਨੀਆਂ ਦਾ ਕੋਈ ਗਮ ਨਾ ਦੇਖੋ ਰੋਵਣ ਦੀਆਂ ਰਾਤੀ ਅੱਜ ਸੱਤ ਮੁਹਰਮ ਚੌਕੇ ਦੀਆਂ ਦਾ ਮਹਿਮਾਨ ਹੈ ਅਕਬਰ ਦਾ ਬਾਬਾ ਨੌ ਮੁਹਰਮ ਦੀ ਬੁੜਦੀ ਦਿਗ ਸੱਕੀ ਦੇਣ ਪੁੱਛਸ ਹੁਸੈਨ ਗਰੀਬ ਹੋ ਕੇ ਮਰੀ ਸੇ ਜਾਂ ਕਹੀਂ ਕੁ ਸਦੇ ਸੇ ਸਯਦਾ ਦੇ ਬੁਰੈਰ ਮੌਜੂਦ ਹੈ ਜ਼ੁਰੈਰ ਮੌਜੂਦ ਹੈ ਤਿਰਮਾ ਬਿਨ ਅਦੀ ਮੌਜੂਦ ਹੈ ਆਬਿਸ ਸ਼ਾਕਰੀ ਮੌਜੂਦ ਹੈ ਸਾਰੇ ਮੌਜੂਦ ਹੈ ਸਯਦਾ ਦੇ ਹਾਬ ਹੈ ਹੁਣ ਲਫ਼ ਸਮਝਾ ਲਾ ਵਾਸਤੇ ਬੀਬੀਆ ਦੀ ਹੁਸੈਨ ਵੀਰ ਆਲਮ ਅਰਵਾਹ ਜਿੱਦਾਂ ਕਰਬਲਾ ਦੇ ਸ਼ਹੀਦਾਂ ਦੀ ਫਹਿਰਿਸਤ ਰਿਠਿਆ ਸੀ ਸਾਰੇ ਨਜ਼ਰ ਆਉਂਦੇ ਨੇ ਇੱਕ ਨਜ਼ਰ ਨਹੀਂ ਆਉਂਦਾ ਸਯਦਾ ਦੇ ਦੇਣ ਕਹਿੰਦਾ ਬਾਰ ਬਾਰ ਬਿਠ ਪੁੱਛ ਦਿਓ ਬੀਬੀਆ ਦੀ ਇਹ ਬਸਰਤ ਅਵਸਥਾ ਹੈ ਨਾ ਸਹੀ ਦਿਸ ਜਿਵੇਂ ਨਾ ਸਹੀ ਦਿਸ ਤਿਵੇਂ ਬਖਤੀ ਸਹੀ ਦਿਸ ਨਾ ਕਹੀਂ ਦਾ ਮੁਕਾਬਲਾ ਇਸ ਦੇ ਬਖਤ ਨਾਲ ਨਾ ਮੁਕੱਦਰ ਨਾਲ ਵੀਰੋਂ ਖਤ ਨਵੀਂ ਲਿਖਿਆ ਜਾਂ ਜਾਣ ਕੇ ਨਹੀਂ ਆਇਆ ਹੁਸੈਨ ਫਰਮੈਨ ਭੇਣ ਤ੍ਰੈ ਮਜਬੂਰੀ ਆਏ ਇਸਤਕਲਾਲ ਦੀ ਮਲਕਾ ਤਲੀਆਂ ਦੀ ਟੇਕ ਗਿਣ ਕੇ ਉੱਠੀਏ ਆਦੀ ਹੁਸੈਨ ਤੇਰੀ ਗੁਰਬਤ ਤੋਂ ਕੋਈ ਵੱਧ ਮਜਬੂਰੀ ਹੈ ਸ਼ਰਮ ਕਰਕੇ ਨਾ ਰਹੋ ਸ਼ਰਮ ਕਰਕੇ ਨਾ ਰਹੋ ਮਾਂ ਹੁਸੈਨ ਦੀ ਰਾਜ਼ੀ ਤੇਰੀ ਗੁਰਬਤ ਤੋਂ ਕੋਈ ਵੱਧ ਮਜਬੂਰੀ ਹੈ ਸਯਦਾ ਦੇ ਭੇਣ ਪਹਿਲੀ ਮਜਬੂਰੀ ਇਹ ਬੁੱਢੜੀ ਮਾਂ ਦਾ ਇਕੱਲਾ ਸਹਾਰਾ ਹੈ ਦੂਜੀ ਮਜਬੂਰੀ ਹੈ ਢੇਰ ਸਾਰੀਆਂ ਭੈਣੀ ਦਾ ਇੱਕੋ ਬਿਆਹ ਹੈ ਤੀਜੀ ਮਜਬੂਰੀ ਇਹ ਹੈ ਜੋ ਤਾਜ਼ਾ ਸ਼ਾਦੀ ਥਈ ਹੋਈ ਹੈ ਮੈਂ ਇਹਨਾਂ ਕਿ ਇਮਾਮਤ ਨਾਲ ਲੈਦਾ ਬੈਠਾ ਮੁਬਾਰਕੀ ਆਉਂਦੇ ਪੈਣ ਸਈਦ ਸ਼ਾਦੀ ਦੀ ਮੁਬਾਰਕ ਵਸੂਲ ਬੈਠਕ ਰਹਿੰਦੇ ਪੁੱਤਰ ਦੀ ਮੌਤ ਮਾਂ ਵਾਸਤੇ ਸਾਣਾ ਔਖਾ ਨਿਰਾ ਦੀ ਮੌਤ ਭੈਣਾਂ ਵਾਸਤੇ ਬਰਦਾਸ਼ਤ ਕਰਨਾ ਔਖਾ ਮਤਾਂ ਮੈਂ ਖਤ ਲਿਖਾਂ ਤੇ ਮਾਂ ਤੇ ਭੈਣੀ ਨਾ ਆਉਣ ਡੇਵਣਸ ਬੀਬੀਆ ਦੀ ਹੁਸੈਨ ਫਿਕਰ ਦੀ ਲੋੜ ਨਹੀਂ ਖਤ ਤੁਸਾਂ ਲਿਖੋ ਦਸਤਖਤ ਮੈਂ ਕਰੇਂਦੀ ਹਾਂ ਸ਼ਰਮ ਕਰਕੇ ਨਾ ਰਹੋ ਮਾਂ ਹੁਸੈਨ ਜੀ ਮੈਂ ਬਿਸਮਿਲਾ ਕਰਾਂ ਬਿਸਮਿਲਾ ਕਰਾਂ ਖਤ ਤੁਸਾਂ ਲਿਖੋ ਦਸਤਖਤ ਮੈਂ ਕਰੇਂਦੀ ਤੇ ਵਾਅਦਾ ਕਰੇਂਦੀ ਹਾਂ ਅਗਰ ਮੇਰੇ ਦਸਖਤ ਦੀ ਇੱਦ ਪੈ ਗਈ ਉਸ ਘਰ ਨਾ ਬਾਸੀ ਘੋੜੇ ਤੇ ਚੜ੍ਹਸੀ ਸਿੱਧਾ ਕਰਬਲਾ ਆਸੀ ਬਕਲਾਲੇ ਦੇ ਅਜ਼ਾਦਾਰੋ ਮਜ਼ਾਫਾਤ ਕਬੀਰ ਅਲ ਖਾਨੇਵਾਲ ਦੇ ਅਜ਼ਾਦਾਰੋ ਹੁਸੈਨ ਸਰਨਾਮਾ ਕਲਾਮ ਤੇ ਲਿਖੇ ਅਜ਼ ਕਰਬਲਾ ਹੁਸੈਨ ਇਬਨ ਸੈਯਦਾ ਲਿਖਣਾ ਚਾਹੀਦਾ ਹੈ ਹੁਸੈਨ ਇਬਨ ਅਲੀ ਹੁਸੈਨ ਇਬਨ ਸੈਯਦਾ ਕਿਉਂ ਲਿਖੇ ਸੀ ਕਿਉਂਕਿ ਔਖੇ ਵੇਲੇ ਸ਼ਰੀਫਾਂ ਕੋ ਮਾਵਾਂ ਕੋ ਯਾਦ ਆ ਲਿਖੇ ਸਹੀਦ ਮੇਰਾ 28 ਰਜਬ ਦੀ ਅਧਰਾਤ ਨਾ ਨੇ ਦਵਸਤ ਸ਼ਹਿਰ ਛੋੜਿਆ ਤ੍ਰੈ ਸ਼ਬਾਨ ਦਾ ਮੱਕੇ ਆਇਆ ਹਜ ਕਹੀਂ ਨਹੀਂ ਪੜ੍ਹਨੇ ਤਾਂ ਬਦੇ ਆਰਾਮ ਖੋਲ ਦੋ 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 ਮੁਹਰਮ ਦਾ ਕਰਬਲਾ ਹਾਂ ਸੱਤਵੀਂ ਤੋਂ ਮੇਰਾ ਪਾਣੀ ਬੰਦ ਹੋ ਗਏ ਡਾਵੀਂ ਦੀ ਰਾਤ ਜ਼ਿੰਦਗੀ ਦੀ ਆਖਰੀ ਰਾਤ ਜੇ ਮਾਂ ਤੇ ਭੈਣੀ ਇਜਾਜ਼ਤ ਦੇਵਣੀ ਵੱਤ ਦੇਰ ਨਾ ਕਰੇ ਮਤਾਂ ਨਿਜਾਤ ਅਲੀ ਕਸ਼ਤੀ ਤੋਂ ਮਹਿਰੂਮ ਹੋ ਵਜੇ ਮਰਹਬਾ ਮਰਹਬਾ ਮੈਂ ਬਿਸਮਿਲ੍ਲਾ ਕਰਾਂ ਮਤਾਂ ਨਿਜਾਤ ਅਲੀ ਕਸ਼ਤੀ ਤੋਂ ਮਹਿਰੂਮ ਹੋ ਵਜੇ ਤਾਰੀਖ ਆਦੀਏ ਉਜੜਾਂ ਦਾ ਕਾਸਿਦ ਆਸੇ ਪਾਸੇ ਨਹੀਂ ਲਿਖਣਾ ਮੇਰੇ ਬਾਰੇ ਉਜੜਾਂ ਦਾ ਕਾਸਿਦ ਇਸ਼ਕ ਦੀ ਨਮਾਜ਼
ਉਹ ਜਿਹੜਾ ਨਕਾਸਿਬ ਵਸਦੇ ਸਈਦ ਦੇ ਦਰਵਾਜ਼ੇ ਤੇ ਪਹੁੰਚੇ, ਪੀਰ ਭਈ ਦਾ ਬੂਹਾ ਖੜਕਾਇਆ, ਸਈਦ ਬਹਿਰਾਏ ਅਦੇ ਕੌਣ ਹੈ ਕਾਸਿਦ, ਕਹਿੰਦਾ ਹੁਸੈਨ ਦਾ ਬਈ, ਅਲੀ ਰਜ਼ਾ ਹੁਸੈਨ ਦਾ ਨਾਮ ਹੈ। ਚਿਹਰਾ ਦੇਖ ਕੇ ਆਦੇ ਮਦੀਨੇ ਚੋਂ ਕਿਹੜੇ ਵੇਲੇ ਟੁਰ ਰਹੇ ਹੁਣ ਤੇ ਲਫ਼ਜ਼ਾਂ ਲੱਗ ਰਹੇ ਤੇ ਮੈਂ ਨੌਕਰਾਂ ਸਹੀ, ਮੈਂ ਨੌਕਰਾਂ ਮਦੀਨੇ ਚੋਂ ਕਿਹੜੇ ਵੇਲੇ ਟੁਰ ਰਹੇ, ਅਦੇ ਕਿਹੜਾ ਮਦੀਨਾ, ਕਿੱਥੇ ਰਹਿ ਗਿਆ ਮਦੀਨਾ, ਹੁਸੈਨ ਮਦੀਨੇ ਕੋਈ ਨਹੀਂ। ਕਾਸਦ ਤੇ ਜ਼ਬਾਨ ਨੂੰ ਜ਼ਰੂਰਤ ਨਹੀਂ ਜੋ ਬਿਆਨ ਕਰਾਂ, ਇਹ ਹੁਸੈਨ ਦਾ ਖਤ ਬਾਹਰ ਨਹੀਂ ਅੰਦਰ ਬਣ ਕੇ ਪੜ ਦੇ ਮਾਂ ਤੇ ਭੈਣੀ ਇਜਾਜ਼ਤ ਡੈਵਣੀ ਮਤ ਦੇਰ ਨਾ ਕਰੀ। ਅਤੇ ਕਾਸਿਦ ਕਾਸਿਦ ਤੂੰ ਮੇਰੇ ਨਾਲ ਬੋਲੇਂਦਰ, ਮੈਂ ਕੋ ਤੇਰੀ ਜ਼ਬਾਨ ਦੀ ਖੁਸ਼ਕੀ ਤੋਂ ਪਤਾ ਲੱਗਦਾ ਹੈ, ਸੱਚ ਦੱਸਾਂ ਅੱਜ ਕਿਤਵਾਂ ਨਹੀਂ ਹੈ ਪਾਣੀ ਨਹੀਂ ਵੀ ਪੀਤਾ। ਮਰਹਬਾ 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 ਮਰਹਬਾ, ਸੱਤਵੀਂ ਤੂੰ ਪਾਣੀ ਬੰਦ ਹੋ ਗਿਆ ਨਾ, ਅੱਜ ਕਿਤਵਾਂ ਨਹੀਂ ਹੈ ਪਾਣੀ ਨਹੀਂ ਵੀ ਪੀਤਾ। ਕਾਸਿਦ ਦੀ ਢਾਹ ਨਿਕਲੀਏ ਅਦੇ ਤਾਏ ਕਰਬਲਾ ਦੇ ਤਸੇ ਡਿੱਠੇ ਰਹੇ। ਮੈਂ ਬਿਸਮਿਲਾ ਕਰਾਂ, ਮੈਂ ਬਿਸਮਿਲਾ ਕਰਾਂ। ਸਈਦ ਅੰਦਰ ਆਏ, ਬੁੱਢੀ ਮਾਂ ਹੱਕਾ ਲਿੱਤੀ ਅਸ ਦਰਵਾਜ਼ੇ ਤੇ ਕੌਣ ਆਦੇ ਅਮਾ ਕਾਸਿਦ ਆਦੀ ਕਹਿੰਦਾ ਕਾਸਿਦ ਹੁਸੈਨ ਦਾ ਆਦੀ ਹੁਸੈਨ ਦਾ ਕਾਸਿਦ ਏਡਾ ਜੋ ਬਾਲਿਆ ਖਾਣਾ ਨਾ ਖਾਂਦਾ ਤੋੜੇ ਪਾਣੀ ਤਾਂ ਪਿਲਾਵਿਆ ਆਦੇ ਅਮਾ ਮੈਂ ਪਾਣੀ ਦਾ ਨਾਮ ਚਾਹੁੰਦਾ ਆ ਮੁੰਦੀਆਂ ਅੱਖਾਂ ਵਸ ਪਾਉਂਦੀਆਂ ਨਾਦਾ ਪਾਣੀ ਕਿਵੇਂ ਪੀਵਾ ਨਿੱਕੇ ਨਿੱਕੇ ਬਾਲ ਖਾਲੀ ਜਾਮ ਚਈ ਖੜੇ ਆਦਾ ਕੌਸਰ ਦੇ ਮਾਲਿਕ ਦੱਸੇਨ ਅਲੀ ਦੀਆਂ ਧੀਆਂ ਦਸੀਆਂ ਮਰਹਬਾ ਮਰਹਬਾ। ਮੈਂ ਬਿਸਮਿਲ੍ਲਾ ਕਰਾਂ ਮਾਦੀਏ ਮੇਰਾ ਲਾਲ ਆਇਆ ਕਿਵੇਂ ਆਉਂ ਸਈਦਾ ਦੇ ਅੰਮਾ ਹੁਸੈਨ ਦਾ ਖਤ ਕਿਨਾ ਆਏ ਮੈਂ ਖਤ ਪੜਦਾ ਤੂੰ ਸੁਣ ਅਕਬਰ ਦੇ ਬਾਬੇ ਲਿਖਿਆ ਗਿਆ ਏ ਕਦਰ ਦਾ ਨਾਮ ਜਿਹੜੇ ਵੇਲੇ ਖਤ ਦਾ ਨਾਮ ਆਏ ਤੜਪੀਏ ਅਦੇ ਅਜਨ ਖੋਲ ਮੈਂ ਤੇਰੀਆਂ ਭੈਣਾਂ ਸੜੇ ਦੀਆਂ ਆਦੀਏ ਜਲਦੀਆਂ ਮਤਾਂ ਅਕਬਰ ਦੀ ਸ਼ਾਦੀ ਦਾ ਖਤ ਹੋਵੇ ਮਤਾ ਕਾਸਿਮ ਦੀ ਸ਼ਾਦੀ ਦੀਆਂ ਤਲਾਇਓ ਏ ਮਤਾ ਸੈਦਾਂ ਦੀਆਂ ਖੁਸ਼ੀਆਂ ਦੇ ਸਮ ਮਰਹਬਾ ਜੀ ਮੈਂ ਨੌਕਰਾਂ ਮੈਂ ਬਿਸਮਿਲ੍ਲਾ ਕਰਾਂ ਮਤਾ ਸੈਦਾਂ ਦੀਆਂ ਖੁਸ਼ੀਆਂ ਦੇ ਸਮਾਨ ਹੋਵੇ ਮਾਂ ਮਿੱਟੀ ਦੇ ਖਤ ਬੇਤਰਾਂ ਵਿੱਚ ਬਹਿ ਗਈ ਏ ਭੈਣਾਂ ਮਿੱਟੀ ਦੇ ਖਤ ਦਰਾਂ ਵਿੱਚ ਬਹਿ ਗਈ ਏ ਮਾਂ ਦੀਆਂ ਮੇਰੇ ਲਾਲ ਖਤ ਗੋਲ ਪਰ ਜੋ ਹੁਸੈਨ ਲਿਖਿਆ ਗਿਆ ਏ ਉਹ ਮਾਤਮੀ ਉਹ ਕੰਬਦੇ ਹੱਥ ਨਾਲ ਖਤ ਕੋਲੈ ਪਹਿਲੀ ਸਦਰ ਦੇ ਨਿਗਾਹ ਭਈਆ ਮਾਮਾ ਖੋਲ ਕੇ ਗਾਲੇ ਚਾਵਣ ਲੱਗ ਗਏ ਮਾਂ ਦੀ ਮੇਰਾ ਲਾਲ ਵੱਖਰਾ ਨਾ ਰੋ ਮੈਨੂੰ ਦੱਸਾ ਜੋ ਹੁਸੈਨ ਕਿਆ ਲਿਖਾ ਆਦੇ ਅੰਮਾ ਉਜੜ ਗਏ ਪਹਿਲੀ ਸਦਰ ਦੇ ਲਿਖਿਆ ਇੰਨਾ ਲਿਲਾ ਵਾ ਇੰਨਾ ਲਹਿ ਅਲਮਾਨ ਅਲਮਾਨ ਜੀ ਨੌਕਰਾਂ ਮੈਂ ਬਿਸਮਿਲ੍ਲਾ ਕਰਾਂ ਸਰਦਾ ਸਰਦਾ ਬੁਰਸਾ ਮੈਂ ਬਿਸਮਿਲ੍ਲਾ ਕਰਾਂ ਆਦੀ ਪਹਿਲੀ ਸਦਰ ਦੇ ਲਿਖਿਆ ਇੰਨਾ ਲਿਲਾ ਵਾ ਇੰਨਾ ਲੈ ਰਾਜੋਨ ਮਾਂ ਦੀ ਮੇਰਾ ਲਾਲ ਅੱਗਾਂ ਖਤ ਨਾ ਪੜ ਮੈਂ ਰਾਜ਼ੀ ਹਾਂ ਜਿਹੜੇ ਵੇਲੇ ਰਾਜ਼ੀ ਹੋਣ ਦਾ ਨਾਮ ਆਏ ਸਈਦ ਖਤ ਬੰਦ ਕਰਨ ਲੱਗਾ ਜਿਵੇਂ ਜੋ ਮਿੱਟੀ ਦੇ ਸਜੇ ਖੱਬੇ ਭੈਣਾਂ ਬੈਠੀਆਂ ਦਮ ਨਾ ਗਿਆ ਦੀਆਂ ਨਾਜਾਂ ਖਤ ਬੰਦ ਨਾ ਗਾਰ ਕਈ ਬੈਸ਼ਾ ਤਲਵੇਂ ਪਾਸਵੇਂ ਲਿਖੀ ਹੋਈ ਏ ਆਦੇ ਅੰਮਾ ਉਜੜ ਗਿਆ ਕੱਲਾ ਨਹੀਂ ਅਲੀ ਦੀਆਂ ਧੀਆਂ ਨਾਲ ਗਾਜ਼ੀ ਦੀਆਂ ਭੈਣਾਂ ਨਾਲ ਅਕਬਰ ਦੀਆਂ ਜੀ ਬਿਸਮਿਲ੍ਲਾ ਮਰਹਬਾ ਜੀ ਨੌਕਰਾਂ ਅਰੀਏ ਕੱਲਾ ਨਹੀਂ
ਅਲੀ ਦੀਆਂ ਧੀਆਂ ਨਾਲੇਨ, ਗਾਜ਼ੀ ਦੀਆਂ ਭੈਣਾਂ ਨਾਲੇਨ, ਆਦੀਏ ਵਨ ਅਕਬਰ ਦਾ ਸਦਕਾ, ਵਨ ਬਾਉ ਦਾ ਸਦਕਾ, ਵਨ ਕਾਸਿਮ ਦਾ ਸਦਕਾ, ਲੇਕਿਨ ਮਾਂ ਦੀ ਮੇਰਾ ਲਾਲ ਅੱਜ ਤੇਰਵਣੀਏ ਤੇਰੀ ਸ਼ਾਦੀ ਨੂੰ ਥੀ ਹੋਇਆ, ਅੱਜ ਤਾਂ ਬਣਰੇ ਦੇ ਹੱਥੋਂ ਤੂੰ ਮਹਿੰਦੀ ਵੀ ਨਹੀਂ ਲੱਥੇ, ਅੱਜ ਤਾਂ ਬਣਰੇ ਲਿਬਾਸ ਦੂਜਾ ਨਹੀਂ ਪਾਇਆ, ਸ਼ਾਦੀ ਵਾਲਾ ਲਿਬਾਸ ਲਗਾ ਵਨ ਬਣਰੇ ਕੋਲ, ਇਜਾਜ਼ਤ ਕੀ ਸਲਾਮ ਕਰ ਘੋੜੇ ਤੇ ਚੜ ਕਰ ਬਲਾ ਵਾਗਾ ਮਜਰੋਰ, ਉਹ ਮਾਤਮੀ ਉਹ ਕਿਆਮਤ ਦਾ ਮੰਜ਼ਰਾ, ਜਿਹੜੇ ਵੇਲੇ ਬਣਰੀ ਦੇ ਕਮਰੇ ਦਾ ਦਰਵਾਜ਼ਾ ਖੋਲਾ, ਬਣਰੀ ਪਲੰਗ ਤੇ ਨਾਈ ਮਿੱਟੀ ਤੇ ਆਈ ਬੈਠੀ ਆਈ, ਸ਼ਾਦੀ ਵਾਲੇ ਕੱਪੜੇ ਨੈਣ ਕਾਲਾ ਲਿਬਾਸ, ਸ਼ਹੀਦਾਂ ਦੇ ਤੈਨੂੰ ਕਾਲਾ ਲਿਬਾਸ ਪਾਵਣ ਦਾ ਕਾਇਆ ਖਾਏ, ਆਦੀ ਅੱਜ ਤ੍ਰੀਜੀ ਰਾਤ ਕੋਈ ਪਰਦਾਦਾਰ ਬੀਬੀ ਏ, ਜਿਹਦੀ ਕਮਰ ਝੁਕੀ ਹੋਈ ਏ, ਜਿਹਦੇ ਨੂੰਹੇ ਅੱਧ ਪਾਸੇ ਦੇ ਮੇਰੇ ਕਮਰੇ ਦਾ ਦਰਵਾਜ਼ਾ ਖੜਕੇਂਦੀ ਏ, ਆਦੀਏ ਮੇਰਾ ਬੱਚੜਾ ਗਰੀਬ ਹੋ ਗਈ ਏ, ਆਦੀਏ ਸ਼ੋਰ ਜੀ, ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ, ਸ਼ਹੀਦਾਂ ਦੇ ਤੇਰਾ ਖਾਬ ਸੱਚਾ ਹੈ, ਗਰਾਵੇਂ ਤੇਰੀ ਮਰਜ਼ੀ, ਬੇਕਰਾਵੇਂ ਤੇਰੀ ਮਰਜ਼ੀ, ਕਦਮਾਂ ਤੇ ਹੱਥ ਲਾ ਕੇ ਆਦੀ ਆਪ ਦਾ ਪੜਦਾ ਪਿਆਵੇਂ, ਜੋ ਕੱਲਾ ਨਹੀਂ ਭੇੜਾ ਨਾ ਲੈਣ, ਆਦੀਏ ਮੈਂ ਬੁਰਗਾ ਜਪੈਂਦੀਆਂ, ਤੇਰੇ ਨਾਲ ਘੋੜੇ ਤੇ ਜੜ ਬਾਂਦੀਆਂ, ਆਦੀਏ ਤੂੰ ਸ਼ਹੀਦ ਹੋਵੇਂ, ਮਿਆਲੀਆਂ ਦੇ ਰਲੇ ਸ਼ਾਮ ਵੇ ਮਰਹਬਾ ਜੀ, ਨੌਕਰਾਂ ਮੈਂ ਬਿਸਮਿਲ੍ਲਾ ਕਰਾਂ ਜੀ, ਮੈਂ ਨੌਕਰਾਂ, ਆਪ ਅਗੂ ਮੇਛੇ ਬਰਨੇ ਨੂੰ ਪਿੱਛੋਂ ਬਿਲਾਇਆ ਐਸ, ਆਪਣੀ ਬਾਂਹ ਦੇ ਨਾਲ ਆਪਣੀ ਤੇ ਬੀਵੀ ਦੀ ਕਮਰ ਬੱਧੀ ਐ, ਮਾਤਮੀ ਓ ਦੁਨੀਆਂ ਦਾ ਦਸਤੂਰ ਏ, ਬਿਰਾ ਸਫ਼ਰ ਪਿਆਵੇਂਦਾ ਹੋਵੇ, ਭੈਣਾਂ ਦੋਈ ਮੰਗਦੀਆਂ ਜੋ ਖੈਰ ਨਾਲ ਵੱਲੇ, ਭੈਣਾਂ ਗਾਜ਼ੀ ਦੇ ਮਨ ਮਨੇਂਦੀਆਂ ਜੋ ਖੈਰ ਨਾਲ ਵੱਲੇ, ਭੈਣਾਂ ਅਬਾਸ ਦੇ ਅਲਮ ਤਲੇ ਡੀਏ ਬਲੇਂਦੀਆਂ ਜੋ ਖੈਰ ਨਾਲ ਵੱਲੇ, ਇਹ ਕਾਇਨਾਤ ਵਿੱਚ ਵੱਖਰੀਆਂ ਭੈਣਾਂ, ਕਈ ਭੈਣ ਨਾਲ ਅਲਮ ਤਲੇ ਦੀਵਾ ਬਾਲਾਏ, ਕਈ ਭੈਣ ਖੈਰ ਨਾਲ ਵੱਲਣ ਦੀ ਦੁਆ ਮੰਗੀਏ, ਹਰ ਭੈਣਾਂ ਦੀ ਅਕਬਰ ਦੀ ਭਾਰਤ ਹੋਵੇ, ਆਉਣ ਦੀ ਭਾਰਤ ਹੋਵੇ, ਮਰਹਬਾ ਜੀ, ਨੌਕਰਾਂ ਮੈਂ ਬਿਸਮਿਲ੍ਲਾ ਕਰਾਂ, ਨੌਕਰਾਂ ਮੈਂ ਬਿਸਮਿਲ੍ਲਾ ਕਰਾਂ, ਆਉਣ ਦੀ ਭਾਰਤ ਹੋਵੇ, ਮੁਹੰਮਦ ਦੀ ਭਾਰਤ ਹੋਵੇ, ਲਾਈ ਆਈਆਂ ਬੀਵੀ ਨਹੀਂ ਬੋਲੀ, ਚਾੜੀਆਂ ਆਈਆਂ ਬੀਵੀ ਨਹੀਂ ਬੋਲੀ, ਗਰਮ ਹਵਾ ਚੱਲੀਏ ਬੀਵੀ ਨਹੀਂ ਬੋਲੀ, ਤੱਤੀ ਲੋ ਜੋ ਚੱਲੀਏ ਬੀਵੀ ਨਹੀਂ ਬੋਲੀ, ਅਜਾ ਕਰ ਬਲਾ ਦੂਤਰਾ ਮੀਰ ਭਰਿਆ ਜੋ ਸ਼ਹੀਦ ਕੰਡ ਹੰਝਵਾਂ ਨਾਲ ਪੁੱਛਣ ਲੱਗ ਗਈਏ, ਘੋੜੇ ਦੀਆਂ ਵਾਗਾਂ ਰੋ ਕੇ ਆਦੇ ਭੁੱਖੀਏ ਖਾਣਾ ਖਵਾਵਾਂ, ਤਸੀਏ ਪਾਣੀ ਪਿਲਾਵਾਂ, ਕੰਡ ਤੇ ਮੱਥਾ ਮਾਰ ਕੇ ਆਦੀਏ ਤੇਰੀ ਮਿੰਨਤ ਕਰੇ ਦੀਆਂ, ਜਿਤਨਾ ਭਜਾ ਸੰਗਦਾ ਏ ਘੋੜੇ ਦੀਆਂ ਵਾਗਾਂ ਤਿੱਖੀਆਂ ਜਾ, ਸ਼ਹੀਦਾਂ ਦੇ ਕਿਹੜੀ ਮਜਬੂਰੀ ਏ, ਆਦੀਏ ਸੁਣਦੀ ਪਈਆ ਕੋਈ ਗਰੀਬ ਏ ਜਿਹੜਾ ਆਦਾ ਬੈਠਾ ਏ ਹਾਲ ਮਿੰਨਾ ਸਿਰ ਯਾਨ ਅੱਲਮਾ ਸਰਦਾ ਪੁਰਸਾ, ਸਰਦਾ ਪੁਰਸਾ, ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ, ਕੋਈ ਗਰੀਬ ਜਿਹੜਾ ਦਾ ਬੈਠਾ ਏ ਹਾਲ ਮਿੰਨਾ ਸਰਈਆਂ ਸੁਰਨਾ, ਕਾਲੀਆਂ ਕਨਾਤਾਂ ਦੇ ਨਾਲ ਸ਼ਹੀਦ ਘੋੜੇ ਦੀ ਵਾਗ ਰੋਕੀਏ, ਇੱਕ ਛੋਟਾ ਜਿਹਾ ਬੱਚਾ ਏ ਜੇ ਸ਼ਹੀਦ ਘੋੜੇ ਦੀ ਵਾਗ 'ਚ ਹੱਥ ਪਾਇਆ ਏ, ਸ਼ਹੀਦਾਂ ਦੇ ਕੌਣ ਆਵਾਜ਼ ਏ ਸੁਣਿਆਣ, ਮੈਂ ਅਬਾਸ ਦਾ ਪੁੱਤਰ ਫਜ਼ਲ ਆ, ਜਿਹੜੇ ਵੇਲੇ ਫਜ਼ਲ ਦਾ ਨਾਮ ਆਇਆ ਏ ਸ਼ਹੀਦਾਂ ਦੇ ਚਾਚਾ ਕਿਨਗੀ ਆਈ, ਫਜ਼ਲ ਦੀ ਆਵਾਜ਼ ਏ ਉਹ ਸਾਹਮਣੇ ਦੇਖ, ਜਿਹੜਾ ਟਿੱਬੇ ਕਰਬਲਾ ਤੇ ਬਹਿ ਕੇ ਕਬਜ਼ਾ ਤਲਵਾਰ ਤੇ ਮੱਥਾ ਲਾ ਕੇ ਆਦਾ ਬੈਠੇ ਮੇਰੇ ਅੱਲਾਹ, ਕੋਈ ਵੀ ਇਮਤਿਆ ਨਹੀਂ ਤਾਂ ਹੁਸੈਨ ਹਾਜ਼, ਸ਼ਰਮ ਨਾ ਕਰ, ਸ਼ਰਮ ਨਾ ਕਰ, ਮੈਂ ਬਿਸਮਿਲ੍ਲਾ ਕਰਾਂ, ਸ਼ਹੀਦ ਮੌਲਾ ਦੇ ਗਰੀਬ ਆਇਆ ਏ ਹੱਕਲ ਮਾਰ ਗਿਆ ਦੇ ਮੌਲਾ, ਨੌਕਰ ਦਾ ਸਲਾਮ ਵੀ ਹੁਸੈਨ ਕਬਜ਼ਾ ਤਲਵਾਰ ਤੋਂ ਮੱਥਾ ਜਾਇਆ ਏ ਸ਼ਹੀਦ ਪਾਸੜੇ ਗਿਆ ਦੇ ਸ਼ਹੀਦ ਫਿਰਾ, ਹੋ ਜਡਾ ਅਕਬਰ ਕੋ ਤੇ ਮੈਂ ਸਿਹਰੇ ਪੈਦਾਰੀਆ, ਹੋ ਪੱਗ ਬਦਣ ਤੂੰ ਪਹਿਲੇ ਹੋ ਮੈਂ ਕੁਬੇੜ ਆਖੇ, ਹੋ ਤੇਰੇ ਰਾਹ ਦੋ ਡੇ ਦਾਰੀਆ, ਹੋ ਮੈਂ
ਮੇਰੇ 9 ਲੱਖ ਕਾਤਲ ਹੱਸਦੇ ਆ ਤੇ ਜਡਾਂ ਲਾਸ਼ ਗੁਲੇਦਾਰੀਆ ਉਹ ਮੇਰਾ ਹੌਸਲਾ ਦੇ ਬਾਦ ਅਕਬਰ ਦੇ ਕਿਉਂ ਹੁਣ ਤਾਈਂ ਜੀਦਾ ਅੱਲਾਮਾ ਜੀ ਨੌਕਰਾਂ ਮੈਂ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਮਾਂ ਹੁਸੈਨ ਦੀ ਰਾਜ਼ੀ ਹੋਏ ਸ਼ਹੀਦ ਭਰਾ ਜਦਾਂ ਅਕਬਰ ਕੋ ਤੇ ਮੈਂ ਸਹਰੇ ਪੈਦਾਰੀਆ ਉਹ ਪੱਗ ਬੱਧਣ ਤੂੰ ਪਹਿਲੇ ਮੈਂ ਕੁਭੇੜ ਆਖੇ ਤੇਰੇ ਰਾਹ ਦੋਨੇ ਦਾਰੀਆ ਮੇਰੇ 9 ਲੱਖ ਕਾਤਲ ਹੱਸਦੇ ਹਨ ਤੇ ਜਡਾਂ ਲਾਸ਼ ਗੁਲੇ ਮੇਰਾ ਹੌਸਲਾ ਦੇ ਬਾਦ ਅਕਬਰ ਦੇ ਉਹ ਕਿਉਂ ਹੁਣ ਤਾਈਂ ਜੀ ਮਰਹਬਾ ਜੀ ਨੌਕਰਾਂ ਜੀ ਮੈਂ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਮੌਲਾ ਦੇ ਕਦਮਾਂ ਤੋਂ ਹੱਥ ਲਾ ਕੇ ਮੈਦਾਨ ਗਿਆ ਏ ਕਿਤਾਬਾਂ ਲਿਖਦੇ 3 ਦਫ਼ਾ ਮੈਦਾਨ ਗਿਆ ਸ਼ਹੀਦ ਨਹੀਂ ਹੋਇਆ ਵਾਪਸ ਵੱਲ ਆਏ ਮੌਲਾ ਦੇ ਕਦਮਾਂ ਤੇ ਹੱਥ ਲਾ ਗਿਆ ਦੇ ਮੌਲਾ ਵਤਨ ਦੇ ਸਮਾ ਮੱਥੇ ਨਲੇ ਸੀ ਦੇਣਾ ਕਬੂਲ ਨਾ ਕਰੇ ਸੈਨ ਮੌਲਾ ਮੇਰੇ ਮੁਕੱਦਰ ਸ਼ਹਾਦਤ ਕੋਈ ਨਹੀਂ ਸੈਯਦਾ ਦੇ ਵਾਂਝੂ ਸ਼ਹੀਦ ਹੋਸੇ ਉਹ ਫਕਲਾਲਾ ਦੇ ਆਜ਼ਾਦਾਰਾ ਸ਼ਹੀਦ ਚੰਦ ਕਦਮ ਮੈਦਾਨ ਤੋਂ ਵੀ ਆਏ ਹੁਸੈਨ ਦੀ ਆਵਾਜ਼ ਆਈਏ ਰੱਖੋ ਜਾ ਕੁਰਾਨ ਉਵੇਂ ਵਾਪਸ ਆਏ ਆਦੇ ਮੌਲਾ ਕਹਿੰਦੇ ਨਾਲ ਖੜੇ ਹਲੇ ਦੇ ਆਵੇ ਹੁਸੈਨ ਦੀ ਆਵਾਜ਼ ਆਈਏ ਸ਼ਹੀਦ ਮੈਦਾਨ ਗਿਆ ਏ ਮੇਰੀ 4 ਸਾਲਾਂ ਦੀ ਧੀ ਏ ਜਿਹੜੀ ਸਰ ਦੇ ਕੁਰਾਨ ਜਾ ਕੇ ਆ ਦੀਏ ਮੇਰੇ ਅੱਲਾਹ ਉਹ ਮੇਰੇ ਬਾਬੇ ਦਾ ਆਖਰੀ ਮੈਂ ਅਲਾ ਲਾਨਤੁਲਲਾ ਅਲਾ ਕੁਮ ਮਜ਼ਾਲਮ ਵਾਸ ਹਯਾ ਲਮੁਲਲਾ ਕੱਲ ਮੇਰੇ ਸਿਦਾਸ ਜੀ ਠੀਕ 10 ਵਜੇ ਬਾਬਾ ਕੌਮ ਪਰਵੀਨ ਹੋਈ ਜ਼ੇਰੇ ਤਮਾਮ ਜਨਾਬ ਸਜਾਦ ਸਿੰਘ ਕੋਟਨ ਜਿਸ ਵੀ ਕਾਫੀ ਜ਼ਿਆਦਾ ਇੰਤਜ਼ਾਮ ਕੀਤਾ ਫਿਰਦ ਸਿੰਘ ਸ਼ਿਰਕਤ ਦੀ ਅਪੀਲ ਦੋਸਤ ਫਰਸਲਾ ਨਾ ਮੇਰੇ ਸਿਆਦਾ ਇਮਾਮ ਬਰਗਾ ਸੰਗੇ ਦਾ ਦੁਆਣਾ ਜਿਸ ਦੇ ਵਿੱਚ ਸ਼ੰਖ ਫਜ਼ਾਇਲ ਮਹਮਦ ਸਾਹਿਬ ਜ਼ਾਕਰ ਯਾਰ ਮੁਹੰਮਦ ਜਨਾਬ ਸਕਲੇਨ ਆਬਾਦ ਗਲੂਆ ਬਖਾਰ ਜਨਾਬ ਕਿਬਲਾ ਸੈਦ ਮੁਹੰਮਦ ਹੁਸੈਨ ਖਾਸਰ ਜਨਾਬ ਮਲਿਕ ਨਈਦ ਅਬਾਸ ਜਾਗ ਸੈਦ ਮੁਰਤਜ਼ਾ ਸ਼ਕਾਫ ਲੋਟੇ ਵਾਲੇ ਹੋਰ ਹੀ ਮੁਲਕ ਦੇ ਨਾਮ ਵਰਦਾ ਕੇ ਨਿਜ਼ਾਮ ਔਰ ਉਲਮਾਏ ਕਿਰਾਮ ਖਿਤਾਬ ਫਰਮਾ ਸੈਨ 5 ਮੁਹਰਮ ਸਲਾਨਾ ਮਜਲਿਸ ਜਦਾ ਬਾ ਮਕਾਮ ਚਾ ਮਿਤਨੇ ਵਾਲਾ ਨਿਲ ਕੋਟ ਬਹਾਦਰ ਜਿਸ ਦੇ ਵਿੱਚ ਸੈਦ ਨਰੈਨ ਅਬਾਸ ਬੁਖਾਰੀ ਜਨਾਬ ਖਾਨ ਨਸਰਤ ਅਬਾਸ ਚਾਂਡੀਓ ਸੈਦ ਮੁਹੰਮਦ ਹੁਸੈਨ ਚਾ ਸਾਹਿਬ ਹੋਰੀ ਮੁਲਕ ਦੇ ਨਾਮ ਵਰਦਾ ਕੇ ਨਿਜ਼ਾਮ ਔਰ ਉਲਮਾਏ ਕਿਰਾਮ ਖਿਤਾਬ ਫਰਮਾ ਸੈਨ 26 ਮੁਹਰਮ ਸਲਾਨਾ ਮਜਲਿਸ ਜਦਾ ਇਮਾਮ ਮਰਗਾ ਮਹਾਰਾ ਵਾਲਾ ਜਿਸ ਦੇ ਵੀ ਮੁਲਕ ਦੇ ਨਾਮ ਵਰਦਾ ਕੇ ਨਿਜ਼ਾਮ ਔਰ ਉਲਮਾਏ ਕਿਰਾਮ ਖਿਤਾਬ ਫਰਮਾ ਸੈਨ ਹੁਣ ਤੇਰੇ ਸਾਹਮਣੇ ਇੱਜ਼ਤ ਮਾਤ ਸ਼ੰਖ ਫਜ਼ਾਇਲ ਮੁਹੰਮਦ ਸਾਹਿਬ ਕਿਬਲ ਕਾਬਾ ਬਾਬਾ ਸੈਦ ਮੁਰਤਜ਼ਾ ਆਸ਼ਿਕ ਇਮਾਮ ਹੁਸੈਨ ਦੇ ਸੋਹਣੇ ਵੀਰ ਦਾ ਅੱਲਾ ਪਾਕ ਬਰਾਮਦ ਕਰਵਾ ਸਨ ਉਹ ਆ ਗਏ ਜਾਂਦੇ ਆਸਰੇ ਤੇ ਅਲੀ ਦੀ ਥੀ ਮਦੀਨਾ ਛੋੜ ਜਾਏ ਸ਼ਾਕਾਰ ਮੁਸਵਰ ਫਿਤਰਤ ਦਾ ਬੇਮਿਸਲ ਅਜ਼ੀਮ ਅਬਾਸ ਹੈ ਸ਼ਾਕਾਰ ਮੁਸਵਰ ਫਿਤਰਤ ਦਾ ਬੇਮਿਸਲ ਅਜ਼ੀਮ ਅਬਾਸ ਹੈ ਔਲਾਦ ਬਤੂਲ ਦੀ ਹਰ ਜਾਤੇ ਕੀਤੀ ਇੰਤਾ ਅਜ਼ੀਮ ਅਬਾਸ ਹੈ ਸ਼ਬੀਰ ਦੀ ਚੁੱਪ ਵਿੱਚ ਔਲਾਦ ਬਤੂਲ ਦੀ ਹਰ ਜਾਤੇ ਕੀਤੀ ਇੰਤਾਜ਼ੀਮ ਅੱਬਾਸ ਹੈ ਸ਼ਬੀਰ ਦੀ ਚੁੱਪ ਵਿੱਚ ਚੁੱਪ ਕਰਕੇ ਕੀ ਅਥੀ ਤਕਸੀਮ ਅੱਬਾਸ ਹੈ ਇੱਕ ਸਲਵਾਤ ਪੜੋ ਮੁਹੰਮਦ ਵਾਲ ਮੁਹੰਮਦ ਤੇ ਕੌਣ ਤੋਂ ਪਹਿਲੇ ਮੈਂ ਆਪਣੇ ਤਸਵਰ ਦੇ ਵਿੱਚ 5 ਤਨ ਦਾ ਸਰਾਪਾ ਬਣਾਉਂਦਾ ਰਹੀ ਹਾਂ ਜਿਬਰੀਲ ਕੀ ਹੈ ਲਗ ਕੋਲ ਉਹ ਮੇਰਾ ਸਮੀਓ ਨਬੀ ਬੱਲਾ ਅੱਜ ਮੈਨੂੰ ਇਹ ਦੱਸਾ ਸਭ ਤੋਂ ਪਹਿਲੇ ਤੂੰ ਚੀਜ਼ ਕਿਹੜੀ ਬਣਾਈ ਅੱਲਾ ਦਾ ਹੁਕਮ ਹੈ ਜਿਬਰੀਲ ਜੀ ਰੱਬ ਜਲੀਲ ਕੋਈ ਚੀਜ਼ ਨਾ ਜਾਂ ਇਹ ਹਮ ਜਾਂ ਮੈਂ ਹਮ
ਕੌਣ ਤੋਂ ਪਹਿਲੇ ਮੈਂ ਆਪਣੇ ਤਸਵਰ ਦੇ ਵਿੱਚ ਪੰਜ ਤਨ ਦਾ ਸਰਾਪਾ ਬਣਦਾ ਰਿਓ ਮੁਸਤਫਾ ਮੁਰਤਜ਼ਾ ਸੈਯਦਾ ਤੇ ਹਸਨ ਕਿਵੇਂ ਚਬੀਰ ਹੋ ਕੇ ਸੁਚੇਂਦਾ ਰਿਓ ਰੰਗ ਲਾਏ ਤਹਾਰਬ ਸ਼ਰਾਫਤ ਦੇ ਸਭ ਵਤ ਹਯਾ ਦੀ ਅਜ਼ਮਾਇਸ਼ ਕਰੇਂਦਾ ਰਿਓ ਨੂਰ ਹੀ ਕਿਉਂ ਚੁਕੋਚ ਇਸ ਅੰਦਾਜ਼ ਵਿੱਚ ਸਾਰਿਆਂ ਦਾ ਸਰਾਪਾ ਬਣਾ ਛੋੜਿਆ ਵਤ ਕਦੀ ਨਾ ਬਣਾ ਸਾ ਮਹੀਨਾ ਜੀ ਆਏ ਬਣਾ ਕੇ ਤੇ ਸੁੱਚਾ ਬਣਾ ਛੋੜਿਆ ਹੁਣ ਸਲਵਾਤ ਪੜ ਮੁਹੰਮਦ ਵਾਲੇ ਮੁਹੰਮਦ ਤੇ ਜਾਂਦੀਆਂ ਹਕੀਕਤ ਜ਼ਰਾ ਮੈਂ ਵੀ ਜਜ਼ਬਾਤ ਹੈ ਕੁਝ ਦਿਖਾ ਸੰਗਦੀਆਂ ਈ ਦੜੀ ਹਸਨੈਨ ਸ਼ਰੀਫਨ ਮਾਂ ਦੇ ਕੋਲ ਗਏ ਅੰਮਾ ਸਾਡੇ ਕੱਪੜੇ ਬੀਬੀ ਆਦੀ ਮੇਰਾ ਲਾਲ ਘਬਰਾ ਵੋ ਨਹੀਂ ਤੁਹਾਡੇ ਕੱਪੜੇ ਦਰਜ਼ੀ ਦੇ ਕੋਲ ਹਨ ਅੱਲਾ ਦਾ ਹੁਕਮ ਹੈ ਜਿਬਰੀਲ ਜੀ ਰੱਬੇ ਜਲੀਲ ਜਲਦੀ ਕਰ ਜੰਨਤ ਚੋਂ ਪੋਸ਼ਾਕਾਂ ਚਾ ਦਰਵਾਜ਼ੇ ਆਲੇ ਮੁਹੰਮਦ ਤੇ ਗਹਿਨਵਾਨੀ ਬਤੂਲ ਬਚੜਿਆਂ ਦੇ ਨਾਲ ਵਾਦਾ ਕਰ ਬੈਠੀਏ ਜਨਾਬ ਜਿਬਰੀਲ ਜੰਨਤ ਚੋਂ ਪੋਸ਼ਾਕਾਂ ਚਾਹੀਆਂ ਦਰਵਾਜ਼ੇ ਆਲੇ ਮੁਹੰਮਦ ਤੇ ਗਹਿਨਾਏ ਦਸਤਕ ਦਿੱਤੀ ਦਰ ਤੇ ਕੌਣ ਤੁਹਾਡੀ ਤੇ ਮੈਡੀਸਨ ਫਿਜ਼ਾ ਦਰ ਤੇ ਆਈ ਜਿਬਰੀਲ ਦੇ ਫਿਜ਼ਾ ਤੂੰ ਸੈਦਾਂ ਦੀ ਨੌਕਰ ਹੋ ਕੇ ਮੈਂ ਅੱਲਾ ਦਾ ਬਹੁਤ ਮਕਬੂਲ ਤਰੀਨ ਫਿਰਿਸ਼ਤਾ ਜਿਬਰੀਲ ਹਾਂ ਇਤਨੀ ਢੇਰ ਕਿਉਂ ਲਈ ਆਈ ਜਨਾਬ ਫਿਜ਼ਾ ਜਿਬਰੀਲ ਦੇ ਮੁਖਾਤਬ ਹੋ ਕੇ ਆਦੀਏ ਜਾਣਦੀਆਂ ਹਕੀਕਤ ਜ਼ਰਾ ਠਹਿਰ ਜਾ ਮੈਂ ਵੀ ਜਜ਼ਬਾਤ ਤੇ ਕੋ ਦਿਖਾ ਸਕਦੀ ਹਾਂ ਖਲਕ ਸਾਰੀ ਸਮਾਵੀ ਦਾ ਸਰਦਾਰ ਹੈ ਮੈਂ ਵੀ ਆਮਦਾਈ ਨਹੀਂ ਦਾਈ ਸੈਦਾਂ ਦੀ ਹਾਂ ਬੀਬੀ ਆਦੀ ਤੇਰੀ ਸਿਦਰਾ ਨਹੀਂ ਨਾ ਉੱਚਾ ਅਲਾ ਜੇ ਜਲਦੀ ਹੀ ਵੀ ਵੱਲ ਅਰਸ਼ਾਂ ਤੇ ਵੰਜ ਮੈਂ ਥਾਂ ਹੋਰ ਦਰਜ਼ੀ ਮੰਗਾ ਸਕਦੀ ਹਾਂ ਸੱਚ ਸੱਚ ਇੰਜ ਨਹੀਂ ਕਾਫੀ ਮਜਮਾ ਜਾਂਦਾ ਜਾਂਦਾ ਇਲੀ ਮਾਮੇ ਹੱਥ ਬੁਲੰਦ ਕਰਕੇ ਨਾ ਰਹੇ ਹੈ ਸੱਤ ਸੱਤ ਸਾਲ ਭਾਵੇਂ ਦੇਵੇ ਜ਼ਿੰਦਗੀ ਮੰਗ ਵੀ ਚੀ ਰਹੇ ਸਭ ਪਰਾ ਜਾ ਤਹੇ ਦੁਨੀਆ ਫਾਨੀ ਹੈ ਆਖਿਰ ਫਨਾ ਹੋਣਾ ਹੈ ਕੋਈ ਨੇਕ ਅਮਲ ਬਚਣਾ ਬਕਾ ਜਾ ਤਹੇ ਇਹ ਤਾਂ ਹਰ ਕਹੀਂ ਤੂੰ ਇਲਮੇ ਕੇ ਅਰਸ਼ਾਂ ਉੱਤੇ ਖੁਦ ਖਾਲਿਕ ਨਬੀ ਕੋ ਛਡਾ ਜਾ ਤਹੇ ਨਾ ਖੁਦਾ ਦੀ ਜ਼ਬਾਨ ਨਾ ਹੱਥ ਪੈਰ ਹਨ ਪਾਕ ਪਰਦੇ ਤੂੰ ਹੱਥ ਬਾਹਰ ਆ ਜਾ ਤਹੇ ਹੱਥ ਲੀਦਾ ਨਾ ਹਾ ਭਾਵੇਂ ਜਾਂਦਾ ਵੀ ਆ ਬੜੀ ਤਵੱਜੋ ਨਿਆਜ਼ ਹੁਸੈਨ ਹੱਥ ਲੀਦਾ ਨਾ ਹਾ ਭਾਵੇਂ ਜਾਂਦਾ ਵੀ ਹਾ ਕਹਿ ਨਬੀ ਨਾਲ ਹੱਥ ਤੋਂ ਮਿਲਾ ਜਾ ਤਹੇ ਇਤਨੀ ਤਾਵੀਲ ਸ਼ਾ ਵਿੱਚ ਮੁਹੰਮਦ ਸਖੀ ਨਾਲ ਕਹਿ ਇਤਨਾ ਅੱਲਾ ਜਾ ਤਹੇ ਇਹ ਤਾਂ ਲੱਖ ਹਮਦ ਹਨ ਤੇਰੀ ਨਜ਼ਰਾਂ ਦੇ ਵਿੱਚ ਹੱਥ ਲੀਦਾ ਜੋ ਹੱਥ ਹੈ ਲੁਕਾਇਆ ਤੇ ਹੈਦਰੀ ਸ਼ੁਜਾਹਤ ਕਾ ਸਦਾ ਇੰਜ ਨਹੀਂ ਬਾਬੇ ਦਾ ਨਾਰੇ ਵੇਖੋ ਤੇ ਆਪਣੀ ਆਵਾਜ਼ ਖਤਮ ਕੁਰਾਨ ਦਾ ਸਵਾਬ ਮਿਲਦਾ ਹੈ ਇੰਜ ਨਹੀਂ ਜਾਂਦਾ ਜਾਂਦਾ ਇਲੀ ਮਾਮੇ ਹੱਥ ਬੁਲੰਦ ਕਰਕੇ ਨਾਰੇ ਹੈਦਰੀ ਸ਼ੁਜਾਤ ਕਾ ਸਦਫ ਮਿਨਾਰਾ ਅਲਮਾਸ ਕਹਤੇ ਹੈ ਸ਼ੁਜਾਤ ਕਾ ਸਦਫ ਮਿਨਾਰਾ ਅਲਮਾਸ ਕਹਤੇ ਹੈ ਗਰੀਬੋ ਕਾ ਸਹਾਰਾ ਬੇਕਸੋ ਕੀ ਆਸ ਕਹਤੇ ਹੈ ਉਹ ਅਜੇ ਯਜ਼ੀਦੀ ਸਾਜ਼ਿਸ਼ ਜਿਸ ਕੇ ਅਲਮ ਕੀ ਛਾਓ ਸੇ ਲਰਦੇ ਉਸੇ ਅਰਜ਼ੋ ਸਮਾ ਵਾਲੇ ਸਖੀ ਅਬਾਸ ਕਹਤੇ ਹੈ ਸ਼ਬੀਰ ਹੈ ਨਾਜ਼ ਮੁਹੰਮਦ ਦਾ ਸ਼ਬੀਰ ਦਾ ਨਾਜ਼ ਅਬਾਸ ਹੈ ਸ਼ਬੀਰ ਹੈ ਨਾਲ ਮੁਹੰਮਦ ਦਾ ਸ਼ਬੀਰ ਦਾ ਨਾਜ਼ ਅੱਬਾਸ ਹੈ ਤਹਿਜ਼ੀਬ ਨੇ ਖੁਦ ਤਸਲੀਮ ਕੀਤਾ ਹੈ ਤਹਿਜ਼ੀਬ ਨਵਾਜ਼ ਅੱਬਾਸ ਹੈ ਉਹਦੇ ਪਲ ਕੇ ਖਾਤੂਨ ਦੇ ਵਿਹੜੇ ਵਿੱਚ ਕਿਤੇ ਇਨ ਪਰਵਾਜ਼ ਅੱਬਾਸ ਹੈ ਤਾਈ ਮੁਲਕ ਵਫਾ ਦੇ ਲੋਕ ਦਿਨ ਸਾਡੀ ਅਸਲ ਨਮਾਜ਼ ਅੱਬਾਸ ਹੈ ਹੁਣ ਨਾਰਾ ਸੁਣਾ ਪੀਰ ਅਮੀਰ ਦੇ ਨਾਮ ਦਾ ਕਲੰਦਰ ਤੋਂ ਮੈਂ ਗੁਲਦਸਤਾ ਸਹੀ ਕਿਵੇਂ ਪਰ ਲੱਗਾ ਕਹਿ ਪੁੱਛੇ ਪਾਕ ਕਲੰਦਰ ਤੋਂ ਮੈਂ ਗੁਲਦਸਤਾ ਸਹੀ ਕਿਵੇਂ ਪਰ ਲੱਗਾ ਸਾਈ ਫਰਮਾਇੰਦਨ ਮੈਂ ਅਲਮ ਅਬਾਸ ਦਾ ਚਾਇਆ ਹੈ ਵਤ ਅਲਮ ਇਵੇਂ ਘਰ ਘਰ ਲੱਗਾ ਵਤ ਅਲਮ ਤਲੇ ਮੈਂ ਆਣ ਖਲਾ ਇਵੇਂ ਅਲਮ ਕੁਮੈਡਾ ਸਰ ਲੱਗਾ ਵਤ ਅਲਮ ਕੁਚਾ ਕੇ ਤੁਰਿਆ ਹੱਥ ਤਾਂ ਕੀਤੇ ਮੈਨੂੰ ਪਰ ਲੱਗਾ ਹੁਣ ਤੁਹਾਡੇ ਸਾਹਮਣੇ
اس دور دی مایہ نال ہستی قبلہ کعبہ سیدادہ سید بابا مرتضیٰ شکاف لوٹنے والے امام حسین دے جرنیل برادر پاک برآمد کروائے سن اے سودا ہے دو آج کندا پہ دین دی قیمت سائے گئی اے سودا ہے دو آج کندا پہ دین دی قیمت سائے گئی اد قیمت ویر ادا کی دی اد بھین کو بھرنی پائے گئی اکبر اصغر کس دے رہ گئے میڈی سین تے ڈہ دی رہ گئی جدا چاہ والا بازار آیا چپ کر کے خاک تے بہ گئی اسے سین تے اکھی بند کر کے پڑھو سلوات